ਸੋ ਹੈਲੋ एवरीवन वेलकम टू द ਟੈਟ ਬਜ਼ਾਰ ਐਜੂਕੇਸ਼ਨਲ ਚੈਨਲ ਮਾਈ ਨੇਮ ਇਜ਼ ਕਰਨ ਅਤੇ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਜੀ ਆਪਣੇ ਇਸ ਓਪਨ ਪਲੇਟਫਾਰਮ ਤੇ ਠੀਕ ਹੈ ਜੀ ਸੋ ਟਾਰਗੇਟ ਐਂਟੀਟੀ 8393 ਦੇ ਤਹਿਤ ਆਪਾਂ ਜੋ ਕਰੰਟ ਅਫੇਅਰ ਦੀ ਸੀਰੀਜ਼ ਕਰ ਰਹੇ ਹਾਂ ਜੀ ਠੀਕ ਹੈ ਜੀ ਸੋ ਉਸ ਦਾ ਆਪਣਾ ਹੈ ਜੀ ਪਾਰਟ E ਠੀਕ ਹੈ ਜੀ ਸੋ ਮਾਰਚ ਦਾ ਆਪਾਂ ਪਾਰਟ E ਸ਼ੁਰੂ ਕਰਨ ਜਾ ਰਹੇ ਹਾਂ ਜੀ ਸੋ ਐਂਟੀਟੀ 8393% ਦਾ 10 ਦੇ 10 ਸਬਜੈਕਟਾਂ ਦਾ ਆਪਣਾ ਜੋ ਕੋਰਸ ਚੱਲ ਰਿਹਾ ਹੈ ਠੀਕ ਹੈ ਜੀ ਸੋ ਉਸ ਨੂੰ ਤੁਸੀਂ ਅਵੇਲ ਕਰ ਸਕਦੇ ਹੋ ਸਿੰਪਲੀ ਤੁਸੀਂ 97150500 ਤੇ ਮੈਸੇਜ ਕਰਨਾ ਹੈ ਠੀਕ ਹੈ ਜੀ ਸੋ ਅਗਰ ਤੁਸੀਂ ਫ੍ਰੀ ਡੈਮੋ ਲੈਕਚਰਸ ਦੇਖ ਸਕਦੇ ਦੇਖਣਾ ਚਾਹੁੰਦੇ ਹੋ ਤਾਂ ਟੈਟ ਬਜ਼ਰ ਐਪਲੀਕੇਸ਼ਨ ਇੰਸਟਾਲ ਕਰੋ ਠੀਕ ਹੈ ਜੀ ਸੋ ਛੋਟਾ ਕੋਰਸ ਵੀ ਲੈ ਸਕਦੇ ਤੁਸੀਂ 60 ਨੰਬਰਾਂ ਵਾਲਾ ਸੀਡੀਪੀ ਕਰਿਕੂਲਮ ਐਂਡ ਪੋਲਿਸੀਜ਼ ਐਂਡ ਪ੍ਰੋਗਰਾਮਸ ਜਿਸ ਵਿੱਚ ਕਵਰ ਕੀਤੇ ਗਏ ਹਨ ਠੀਕ ਹੈ ਜੀ ਸੋ ਪੀਐਸਟੈਟ ਪੇਪਰ 1 ਦਾ ਤੁਸੀਂ ਅਗਰ ਕੋਰਸ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਸੇ ਨੰਬਰ ਤੇ ਹੀ ਸੰਪਰਕ ਕਰਨਾ ਹੈ ਠੀਕ ਹੈ ਜੀ ਪੇਪਰ 2 ਦਾ ਰਿਕਾਰਡਡ ਐਸਐਸਟੀ ਦਾ ਲੈਕਚਰ ਅਤੇ ਮੈਥ ਐਂਡ ਸਾਇੰਸ ਦੇ ਲੈਕਚਰ ਠੀਕ ਹੈ ਜੀ ਸੋ ਸਿੰਪਲੀ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਇਹਨਾਂ ਕੋਰਸੇਸ ਨੂੰ ਠੀਕ ਹੈ ਜੀ ਜਿਸ ਦੀ ਬਹੁਤ ਹੀ ਨੋਮੀਨਲ ਜੀ ਫੀਸ ਹੈ ਸੋ ਆਪਾਂ ਸਟਾਰਟ ਕਰਦੇ ਹਾਂ ਜੀ ਆਪਣੇ ਅੱਜ ਦੇ ਪਹਿਲੇ ਕੁਐਸਚਨ ਤੋਂ ਠੀਕ ਹੈ ਜੀ ਸੋ ਵਿਚ ਸਟੇਟ ਗਵਰਨਮੈਂਟ ਹੈਜ਼ ਅਨਾਉਂਸਡ ਟੂ ਸੈਟ ਅਪ under nursery sports academies to attain, attract children to sports so ਕਿਸ ਰਾਜ ਸਰਕਾਰ ਨੇ ਹਾਲ ਹੀ ਦੇ ਵਿੱਚ ਬੱਚਿਆਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਲਈ 100 ਨਰਸਰੀ ਸਪੋਰਟਸ ਅਕਾਦਮੀਆਂ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ ਸੋ ਐਲਾਨ ਕੀਤਾ ਹੈ ਸੋ ਇਹ ਕਿਤਾ ਜੀ ਆਪਣੇ ਰਾਜਸਥਾਨ ਨੇ ਸੋ ਬੱਚਿਆਂ ਨੂੰ ਜੇ ਆਪਾਂ ਸਪੋਰਟਸ ਪ੍ਰਤੀ ਆਕਰਸ਼ਿਤ ਕਰਨਾ ਹੈ ਤਾਂ 100 ਅਕਾਦਮੀਆਂ ਲਾਂਚ ਕੀਤੀਆਂ ਗਈਆਂ ਹਨ ਰਾਜਸਥਾਨ ਦੇ ਵਿੱਚ ਠੀਕ ਹੈ ਜੀ ਸੋ ਆਪਣੇ ਕੋਲ ਆਪਣਾ ਨੈਕਸਟ ਕੁਸਚਨ ਹੈ ਕਿ 26 ਮਾਰਚ 2021 ਨੂੰ ਕਿਹੜੇ ਦੇਸ਼ ਨੇ ਸਕਸੈਸਫੁਲੀ ਟੈਸਟ ਕੀਤਾ ਹੈ ਜੀ ਕਿਹੜਾ ਨਿਊਕਲੀਅਰ ਕੈਪੇਬਲ ਬੈਲਿਸਟਿਕ ਮਿਸਾਈਲ ਬੈਲਿਸਟਿਕ ਮਿਸਾਈਲ ਜੋ ਨਿਊਕਲੀਅਰ ਕੈਪੇਬਲ ਜਾਨੀ ਕਿ ਨਿਊਕਲੀਅਰ ਹਥਿਆਰਾਂ ਨੂੰ ਲਿਜਾ ਸਕਦੀ ਹੈ ਉਸ ਦਾ ਨਾਮ ਕੀ ਹੈ ਜੀ ਸ਼ਾਹੀਨ 1A ਸੋ ਸ਼ਾਹੀਨ 1A ਦਾ ਸਕਸੈਸਫੁਲੀ ਟੈਸਟ ਕੀਤਾ ਹੈ ਜੀ ਆਪਣੇ ਗਵੰਡੀ ਮੂਲਕ ਪਾਕਿਸਤਾਨ ਨੇ ਠੀਕ ਹੈ ਜੀ ਸੋ ਆਪਣੀ ਕੋਲ ਆਪਣਾ ਨੈਕਸਟ ਕੁਐਸਚਨ ਹੈ ਕਿ ਹਾਲ ਹੀ ਦੇ ਵਿੱਚ ਮੌਸਮ ਵਿਗਿਆਨ ਦਿਵਸ ਕਦੋਂ ਮਨਾਇਆ ਗਿਆ ਸੋ ਮੌਸਮ ਵਿਗਿਆਨ ਦਿਵਸ ਮਨਾਇਆ ਗਿਆ ਜੀ 23 ਮਾਰਚ ਨੂੰ ਹੋਰ 23 ਮਾਰਚ ਨੂੰ ਕੀ ਮਨਾਇਆ ਜਾਂਦਾ ਹੈ ਜੀ ਸ਼ਹੀਦੀ ਦਿਵਸ ਸ਼ਹੀਦ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਜੀ ਨੂੰ 23 ਮਾਰਚ 1931 ਨੂੰ ਅੱਜ ਦੇ ਦਿਨ ਸ਼ਹੀਦ ਕੀਤਾ ਗਿਆ ਸੀ 23 ਮਾਰਚ ਦੇ ਦਿਨ ਠੀਕ ਹੈ ਜੀ ਸੋ ਇਹ ਹੈ ਜੀ ਐਵਰ ギਵਨ ਠੀਕ ਹੈ ਜੀ ਸੋ ਐਵਰ ギਵਨ ਅੱਜ ਕੱਲ ਬਹੁਤ ਚਰਚਾ ਵਿੱਚ ਸੀ ਸੋ ਇਹ ਤੁਸੀਂ ਦੱਸਣਾ ਹੈ ਕਿ ਐਵਰ ギਵਨ ਹੈ ਕੀ ਸੋ ਐਵਰ ギਵਨ ਮਨ ਸੀ ਜੀ ਕਾਰਗੋ ਸ਼ਿਪ ਕਿਉਂਕਿ ਇਹ ਕਾਰਗੋ ਡਿਲੀਵਰ ਕਰਦਾ ਸੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰਾ ਸਮਾਨ ਲੱਦਿਆ ਹੋਇਆ ਹੈ ਕਾਰਗੋਸ ਕਹਿੰਦੇ ਹਨ ਆਪਾਂ ਨੂੰ ਸੋ ਕਾਰਗੋਸ ਦੇ ਵਿੱਚ ਜੋ ਸ਼ਿਪ ਸੀ ਲੱਦਿਆ ਹੋਇਆ ਸੀ ਠੀਕ ਹੈ ਸੋ ਕਾਰਗੋ ਸ਼ਿਪ ਸੀ ਇਹ ਰੀਸੈਂਟਲੀ ਚਰਚਾ ਵਿੱਚ ਕਿਉਂ ਸੀ ਕਿਉਂਕਿ ਇਸਨੇ ਸੁਏਜ਼ ਕਨਾਲ ਨੂੰ ਬਲੌਕ ਕਰ ਦਿੱਤਾ ਸੀ ਠੀਕ ਹੈ ਜੀ ਸੁਏਜ਼ ਕਨਾਲ ਜੇ ਤੁਸੀਂ ਇੰਡੀਆ ਤੋਂ ਯੂਰਪ ਜਲਦੀ ਪਹੁੰਚਣਾ ਹੈ ਸਮੁੰਦਰ ਦੇ ਰਾਸਤੇ ਤਾਂ ਤੁਸੀਂ ਤੁਹਾਨੂੰ ਸੁਏਜ਼ ਕਨਾਲ ਲੈਣੀ ਪੈਗੀ ਠੀਕ ਹੈ ਜੀ ਸੋ ਸੁਏਜ਼ ਕਨਾਲ ਨੂੰ ਇਸ ਵੱਡੇ ਸਾਰੇ ਜਹਾਜ਼ ਨੇ ਬਲੌਕ ਕਰ ਦਿੱਤਾ ਸੀ ਸੋ ਰੀਸੈਂਟਲੀ ਤਾਂ ਕਰਕੇ ਇਹ ਸੀਗਾ ਜੀ ਨਿਊਜ਼ ਦੇ ਵਿੱਚ ਸੋ ਹੁਣ ਇਹ ਸੁਏਜ਼ ਕਨਾਲ ਤੋਂ ਨਿਕਲ ਗਿਆ ਹੈ ਠੀਕ ਹੈ ਜੀ ਸੋ ਆਪਨੇ ਕੋਲ ਆਪਣਾ ਨੈਕਸਟ ਕੁਐਸਚਨ ਹੈ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਯਾਨੀ ਕਿ ਆਈਐਸਐਸএফ ਨੇ ਠੀਕ ਹੈ ਜੀ ਆਈਐਸਐਸএফ ਨੇ ਵਰਲਡ ਕੱਪ ਕਰਵਾਇਆ ਸੀ ਜੀ ਜੋ ਕਿ ਆਪਨੇ 2021 ਵਿੱਚ ਕਿੱਥੇ ਕਰਵਾਇਆ ਸੀ ਜੀ ਆਪਨੇ ਦਿੱਲੀ ਵਿੱਚ ਠੀਕ ਹੈ ਜੀ ਸੋ ਇਸ ਦੇ ਤਹਿਤ ਤੁਸੀਂ ਦੱਸਣਾ ਕਿ ਅੰਕ ਤਾਲਿਕਾ ਵਿੱਚ ਛੋਟੀ ਦਾ ਸਥਾਨ ਇਹ ਤੁਸੀਂ ਦੇਖ ਰਹੇ ਹੋ ਜੀ ਇੰਡੀਆ ਦਾ ਸਥਾਨ ਹੈ ਜੀ ਛੋਟੀ ਦਾ ਠੀਕ ਹੈ ਜੀ ਸੋ ਇੰਡੀਆ ਦੇ ਕਿੰਨੇ ਮੈਡਲ ਹਨ ਜੀ 15 골ਡ ਮੈਡਲ 9 ਸਿਲਵਰ 6 ਬ੍ਰੌਂਜ਼ ਐਂਡ 10 30 ਮੈਡਲਸ ਠੀਕ ਹੈ ਸੋ ਇੰਡੀਆਜ਼ ਰੈਂਕ ਹੈ ਜੀ 1 ਐਂਡ ਯੂਐਸਏ ਦਾ ਰੈਂਕ ਹੈ ਜੀ 2 ਸੋ ਆਵਰ ਨੈਕਸਟ ਕੁਐਸਚਨ ਇਜ਼ ਵਿਚ ਕੰਟਰੀ ਔਨ ਮਾਰਚ 18 2021 ਹੈਜ਼ ਪਾਸਡ ਦਾ ਲਾ ਰਿਲੇਟਡ ਟੂ ਲੀਗਲਾਈਜ਼ਿੰਗ ਵਿਲ ਡੈਥ ਸੋ ਇੱਛਾ ਮੌਤ ਨੂੰ ਕਿਸ ਨੇ ਲੀਗਲਾਈਜ਼ ਕਰ ਦਿੱਤਾ ਹੈ ਸੋ ਇਹ ਹੈ ਜੀ ਆਪਣੀ ਸਪੇਨ ਸਪੇਨ ਨੇ ਕੀ ਲੀਗਲਾਈਜ਼ ਕੀਤਾ ਹੈ ਜੀ ਪੈਸਿਵ ਇਥੋਨੇਸ਼ੀਆ ਯਾਨੀ ਜੇ ਕੋਈ ਮਰਨਾ ਚਾਹੁੰਦਾ ਹੈ ਤਾਂ ਉਸ ਨੂੰ ਐਵੇਂ ਨਹੀਂ ਮਾਰਿਆ ਜਾਏਗਾ ਕਿ क्रूअल ਤਰੀਕੇ ਨਾਲ ਨਹੀਂ ਮਾਰਿਆ ਜਾਏਗਾ ਅਗਰ ਜੇ ਜਿਸ ਨੂੰ ਬਹੁਤ ਬੁਰੀ ਬਿਮਾਰੀ ਹੈ ਜਿਸ ਤੇ ਠੀਕ ਹੋਣ ਦੇ ਚਾਂਸਸ ਨਹੀਂ ਹੈ ਜਾਂ ਉਹ ਜ਼ਿੰਦਗੀ ਬਹੁਤ ਬੁਰੀ ਤਰੀਕੇ ਨਾਲ ਕੱਟ ਰਿਹਾ ਹੈ ਤਾਂ ਉਸ ਜੇ ਉਸ ਨੂੰ ਜਿਵੇਂ ਜੇ ਕਿਸੇ ਨੂੰ ਵੈਂਟੀਲੇਟਰ ਲੱਗਿਆ ਹੈ ਤਾਂ ਉਸ ਦੀ ਉਹ ਡਿਵਾਈਸ ਨੂੰ ਆਫ ਕਰ ਦਿੱਤਾ ਜਾਏਗਾ ਜਾਂ ਜਿਸ ਨੂੰ ਆਕਸੀਜਨ ਦੀ ਲੋੜ ਹੈ ਅਤੇ ਉਹ ਆਕਸੀਜਨ ਅਤੇ ਉਹ ਮਰਨਾ ਵੀ ਚਾਹੁੰਦਾ ਹੈ ਤਾਂ ਆਕਸੀਜਨ ਡਿਵਾਈਸ ਨੂੰ ਉਸ ਨੂੰ ਲਾ ਦਿੱਤਾ ਜਾਵੇਗਾ ਸੋ ਇੱਕ ਪੈਸਿਵ ਇਥੋਨੇਸ਼ੀਆ ਹੈ ਠੀਕ ਹੈ ਜੀ ਸੋ ਆਪਣਾ ਨੈਕਸਟ ਕੁਐਸਚਨ ਆਇਆ ਕਿ ਬਹੁਤ ਹੀ ਨਿਊਜ਼ ਵਿੱਚ ਰਹਿੰਦਾ ਹੈ ਕੁਐਸਚਨ ਅਤੇ ਬਹੁਤ ਇੰਪੋਰਟੈਂਟ ਹੈ ਕਿ ਐਨੀਮਲ ਐਂਬੂਲੈਂਸ ਨੈਟਵਰਕ ਇਹ ਗਵਰਨਮੈਂਟ ਆਫ ਇੰਡੀਆ ਸਟੈਬਲਿਸ਼ ਕਰੇਗੀ ਐਨੀਮਲਸ ਲਈ ਕਿਹੜੀ ਸਟੇਟ ਵਿੱਚ ਸੋ ਇਹ ਗਵਰਨਮੈਂਟ ਆਫ ਇੰਡੀਆ ਇਸ ਨੂੰ ਸਟੈਬਲਿਸ਼ ਕਰੇਗੀ ਜੀ ਆਂਧਰਾ ਪ੍ਰਦੇਸ਼ ਵਿੱਚ ਸੋ ਆਂਧਰਾ ਪ੍ਰਦੇਸ਼ ਵਿੱਚ ਐਨੀਮਲਸ ਲਈ ਇੱਕ ਐਂਬੂਲੈਂਸ ਨੈਟਵਰਕ ਸਥਾਪਿਤ ਕੀਤਾ ਜਾਵੇਗਾ ਠੀਕ ਹੈ ਜੀ ਸੋ ਜੇ ਆਪਾਂ ਆਂਧਰਾ ਪ੍ਰਦੇਸ਼ ਦੀ ਗੱਲ ਕਰੀਏ ਤਾਂ ਚੀਫ ਮਿਨਿਸਟਰ ਹਾਂ ਜੀ ਆਪਣੇ ਵਾਈਐਸ ਯਗਨਮੋਹਨ ਰੈਡੀ ਠੀਕ ਹੈ ਜੀ ਵਾਈਐਸ ਜਗਨਮੋਹਨ ਰ ਸੋ ਅੰਦਰਭੇਸ਼ ਦੀ ਮੇਨ ਗੱਲ ਜੋ ਹੈ ਆਉਂਦੀ ਹੈ ਜੀ ਉਹ ਆਪਣੇ ਕੋਲ ਜੀ ਇਸ ਦੀ ਕੈਪੀਟਲਸ ਇਸ ਦੀ ਕੈਪੀਟਲ ਹੈ ਜੀ ਇੱਕ ਹੈ ਜੀ ਵਿਸ਼ਾਖਾਪਟਨਮ ਜੋ ਕਿ ਐਗਜ਼ੀਕਿਊਟਿਵ ਕੈਪੀਟਲ ਹੈ ਇੱਕ ਹੈ ਜੀ ਅਮਰਾਵਤੀ ਜੋ ਕਿ ਲੈਜਿਸਲੇਚਰ ਹੈ ਠੀਕ ਹੈ ਜੀ ਦੂਜੀ ਹੈ ਜੀ ਕਰਨੂਲ ਤੀਜੀ ਹੈ ਜੀ ਕਰਨੂਲ ਆਪਣੇ ਕੋਲ ਜੋ ਕਿ ਜੁਡੀਸ਼ੀਅਲ ਹੈ ਸੋ ਆਪਣੇ ਕੋਲ ਆਪਣਾ ਨੈਕਸਟ ਕੁਸਚਨ ਹੈ ਕਿ ਰੀਸੈਂਟਲੀ 22 ਮਾਰਚ ਨੂੰ ਆਪਾਂ ਕੀ ਮਨਾਇਆ ਸੀ ਜੀ ਵਾਟਰ ਡੇ ਸੋ 22 ਮਾਰਚ ਨੂੰ ਆਪਾਂ ਵਾਟਰ ਡੇ ਮਨਾਇਆ ਸੀ ਸੋ ਇਸ ਦਿਨ ਕੀ ਲਾਂਚ ਕਿਹੜਾ ਕੈਂਪੇਨ ਹੋਇਆ ਸੀ ਜੀ ਕੈਚ ਦਾ ਰੇਨ ਕੈਂਪੇਨ ਸੋ ਕੈਚ ਦਾ ਰੇਨ ਕੈਂਪੇਨ ਲਾਂਚ ਹੋਇਆ ਸੀ ਕਿਸ ਨੇ ਕੀਤਾ ਸੀ ਜੀ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਲਾਂਚ ਕੀਤਾ ਸੀ ਕੈਚ ਦਾ ਰੇਨ ਠੀਕ ਹੈ ਜੀ ਸੋ ਇਸ ਦਾ ਮੋਟੋ ਹੈ ਜੀ ਆਵਰ ਵਾਟਰ ਆਵਰ ਫਿਊਚਰ ਠੀਕ ਹੈ ਜੀ ਸੋ ਕੈਚ ਦਾ ਰੇਨ ਇਜ਼ ਲਾਂਚਡ ਬਾਈ ਨਰਿੰਦਰ ਮੋਦੀ ਇਟ ਇਜ਼ ਆਲਸੋ ਕਾਰ ਨੈਸ਼ਨਲ ਵਾਟਰ ਮਿਸ਼ਨ ਸੋ ਕਿਹੜਾ ਅੰਤਰਰਾਸ਼ਟਰੀ ਦਿਨ ਮਨਾਇਆ ਗਿਆ ਜੀ 30 ਮਾਰਚ ਨੂੰ ਸੋ 30 ਮਾਰਚ ਨੂੰ ਮਨਾਇਆ ਗਿਆ ਜੀ ਇੱਕ ਤਾਂ ਜੀ ਬਾਈਪੋਲਰ ਡੇ ਇਕ ਮਨਾਇਆ ਗਿਆ ਜੀ World Doctors Day so both a and b is the right answer bipolar ਕੀ ਹੁੰਦਾ ਹੈ ਯਾਨੀ ਕਿ ਇੱਕ ਬੰਦੇ ਦੀ ਇੱਕ ਸਥਿਤੀ ਹੁੰਦੀ ਹੈ ਕਿ ਇੱਕ ਟਾਈਮ ਤੇ ਉਹ ਬਹੁਤ ਜ਼ਿਆਦਾ ਗਮ ਵਿੱਚ ਹੁੰਦਾ ਹੈ ਤੇ ਬਹੁਤ ਜ਼ਿਆਦਾ ਖੁਸ਼ ਵੀ ਹੁੰਦਾ ਹੈ so ਦੋਵੇਂ ਸਥਿਤੀਆਂ ਨੂੰ ਇਕੱਠੇ ਜਦੋਂ ਹੁੰਦੀਆਂ ਹਨ ਉਸ ਨੂੰ ਕੀ ਕਹਿੰਦੇ bipolarness ਠੀਕ ਹੈ so bipolar bipolarity and world doctors day ਮਨਾਇਆ ਜਾਂਦਾ ਹੈ ਜੀ 3 ਮਾਰਚ ਨੂੰ so ਆਮਨੇ ਕੋਲ ਆਪਣਾ ਨੈਕਸਟ ਸਵਾਲ ਹੈ ਕਿ NASA ਨੇ ਇੱਕ ইমেজ ਸ਼ੋਕ ਇੱਕ ਇਮੇਜ ਭੇਜੀ ਹੈ ਠੀਕ ਹੈ ਜੀ ਸੋ ਇਸ ਇਮੇਜ ਵਿੱਚ ਕਿਹੜੇ ਪਲੈਨਟ ਤੇ ਆਪਾਂ ਨੂੰ ਦਿਖਾਈ ਦੇ ਰਹੇ ਹਨ ਕਿ ਸੈਂਡ ਡਿਊਨਸ ਹਨ ਯਾਨੀ ਰੇਤ ਦੇ ਟੱਬੇ ਦਿਖਾਈ ਦੇ ਰਹੇ ਹਨ ਇੱਥੇ ਆਪਾਂ ਨੂੰ ਅਤੇ ਆਪਾਂ ਸਿੰਪਲੀ ਦੱਸਣਾ ਹੈ ਕਿ ਇਹ ਕਿਹੜੇ ਪਲੈਨਟ ਦੀ ਇਮੇਜ ਹੈ ਹੀ ਹੈ ਨਾਸਾ ਵੱਲੋਂ ਸੋ ਇਹ ਇਮੇਜ ਆਈ ਹੈ ਜੀ ਮਾਰਸ ਤੋਂ ਠੀਕ ਹੈ ਜੀ ਸੋ ਨਾਸਾ ਨੇ ਇਮੇਜ ਭੇਜੀ ਹੈ ਜੀ ਮਾਰਸ ਤੋਂ ਆਪਨੇ ਮਾਰਸ ਮਿਸ਼ਨ ਦੇ ਤਹਿਤ ਸੋ ਤਿੰ ਦਿਵਸ ਹੀ ਸਹਿਨਾਈ ਉਸ ਸੋ ਸਹਿਨਾਈ ਉਸ ਤੋਂ ਬਹੁਤ ਇੰਪੋਰਟੈਂਟ ਹੈ ਜੀ ਤੁਹਾਡੇ ਲਈ ਸੋ ਤਿੰਨ ਦਿਨਾਂ ਦਾ ਸ਼ਹਿਨਾਈ ਤਿਉਹਾਰ ਕਿੱਥੇ ਸ਼ੁਰੂ ਹੋਇਆ ਸੋ ਇਹ ਹੋਇਆ ਜੀ ਆਪਣੇ ਵਾਰਾਨਸੀ ਦੇ ਵਿੱਚ ਸੋ ਵਾਰਾਨਸੀ ਵਿੱਚ ਜੋ ਬਨਾਰਸ ਹਿੰਦੂ ਯੂਨੀਵਰਸਿਟੀ ਹੈ ਨਾ ਉਸ ਦੇ ਕੈਂਪਸ ਵਿੱਚ ਸ਼ੁਰੂ ਹੋਇਆ ਜੀ ਤਿੰਨ ਦਿਵਸੀ ਸ਼ਹਿਨਾਈ ਉਸ ਸੋ ਆਪਨੇ ਕੋਲ ਆਪਣਾ ਨੈਕਸਟ ਕੁਐਸਚਨ ਹੈ ਕਿ ਰਾਸ਼ਟਰੀ ਸਵੈ ਸੇਵਕ ਸੰਗ ਯਾਨੀ ਕਿ RSS ਠੀਕ ਹੈ ਜੀ ਜਿਸ ਦੇ ਨਾਲ BJP ਵੀ ਰਿਲੇਟਡ ਹੈ ਸੋ RSS ਦੇ RSS ਦੇ ਨਵੇਂ ਜਰਨਲ ਸਕੱਤਰ ਕਿਸ ਨੂੰ ਨਿਯੁਕਤ ਕੀਤਾ ਗਿਆ ਸੋ RSS ਦੇ ਨਵੇਂ ਜਰਨਲ ਸਕੱਤਰ بنائے ਗਿਆ ਹੈ ਜੀ दत्तात्रय 호ਸ਼ਾਬਲੇ ਨੂੰ दत्तात्रय 호ਸ਼ਾਬਲੇ ਨੂੰ ਠੀਕ ਹੈ ਜੀ ਸੋ ਆਪਣੇ ਕੋਲ ਆਪਣਾ ਨੈਕਸਟ ਬਹੁਤ ਇੰਪੋਰਟੈਂਟ ਕੁਐਸਚਨ ਹੈ ਹਾਲ ਹੀ ਦੇ ਵਿੱਚ ਟਾਕਾ ਜੋ ਕਿ ਬੰਗਲਾਦੇਸ਼ ਦੀ ਕੈਪੀਟਲ ਹੈ ਟਾਕਾ ਨੂੰ ਬੈਸਟ ਮੰਗੋਲ ਦੇ ਜਲਪਾਈ ਗੁੜੀ ਨਾਲ ਜੋੜਿਆ ਜਾਵੇਗਾ ਰੇਲ ਕਨੈਕਟੀਵਿਟੀ ਸਥਾਪਿਤ ਕੀਤੀ ਜਾਵੇਗੀ ਟਾਕਾ ਅਤੇ ਜਲਪਾਈ ਗੁੜੀ ਦੇ ਵਿੱਚ ਸੋ ਆਪਾਂ ਦੱਸਣਾ ਹੈ ਕਿ ਕਿਹੜੀ ਰੇਲ ਗੱਡੀ ਦੀ ਕੋਸ਼ਨਾ ਹੋਈ ਹੈ ਠੀਕ ਹੈ ਸੋ ਇਹ ਹੈ ਜੀ ਆਪਣੀ ਮਿਤਾਲੀ ਐਕਸਪ੍ਰੈਸ ਸੋ ਮਿਤਾਲੀ ਐਕਸਪ੍ਰੈਸ ਦੀ ਕੋਸ਼ਨਾ ਹੋਈ ਹੈ ਸੋ ਆਪਣੀ ਕੋਲ ਆਪਣਾ ਨੈਕਸਟ ਕੁਸ਼ਨ ਹੈ ਕਿ ਹਾਲੀ ਦੇ ਵਿੱਚ ਵਿਚ ਕੰਟਰੀ ਐਸ ਸਾਈਨਡ 25 ਇਅਰ ਕੋਆਪਰੇਸ਼ਨ ਐਗਰੀਮੈਂਟ ਵਿਦ ਇਰਾਨ ਸੋ ਇਰਾਨ ਨਾਲ 25 ਸਾਲਾਂ ਦਾ ਸਹਿਯੋਗ ਦਾ ਸਮਝੌਤਾ ਇੱਕ ਹੋਇਆ ਹੈ ਠੀਕ ਹੈ ਜੀ ਸੋ ਉਹ ਕਿਹੜੇ ਦੇਸ਼ ਨੇ ਕੀਤਾ ਹੈ ਇਹ ਆਪਾਂ ਦੱਸਣਾ ਹੈ ਸੋ ਸਿੰਪਲੀ ਗੱਲ ਹੈ ਜੀ ਇਹ ਕੀਤਾ ਹੈ ਜੀ ਆਪਾਂ ਨੇ ਚਾਈਨਾ ਨੇ ਇਰਾਨ ਨਾਲ ਸਮਝੌਤਾ ਕਰ ਲਿਆ ਹੈ ਕਿਉਂਕਿ ਇਸ ਦੇ ਤਹਿਤ ਚਾਈਨਾ ਜੋ ਕਿ ਬਿਲੀਅਨਸ ਹੋ ਇਨਵੈਸਟ ਕਰੇਗਾ ਇਰਾਨ ਦੇ ਵਿੱਚ ਅਤੇ ਬਦਲੇ ਵਿੱਚ ਚਾਈਨਾ ਨੂੰ ਕੀ ਮਿਲੇਗਾ ਜੀ ਜੋ ਇਰਾਨ ਦਾ ਓਇਲ ਹੈ ਉਹ ਚਾਈਨਾ ਪਰਚੇਸ ਕਰੇਗਾ ਉਹ ਵੀ ਇੱਕ ਹੈਵੀ ਡਿਸਕਾਊਂਟ ਤੇ ਠੀਕ ਹੈ ਜੀ ਸੋ ਇਹ ਸਾਰੀ 25 ਸਾਲਾਂ ਦੀ ਕੋਆਪਰੇਸ਼ਨ ਦੇ ਤਹਿਤ ਹੋਏਗਾ ਠੀਕ ਹੈ ਜੀ ਅਗਰ ਜੇ ਆਪਾਂ ਇਰਾਨ ਦੀ ਗੱਲ ਕਰੀਏ ਦਾ ਕੈਪੀਟਲ ਐਂਡ ਲਾਰਜੇਸਟ ਸਿਟੀ ਹੈ ਜੀ ਤਹਿਰਾਨ ਈਰਾਨ ਤਹਿਰਾਨ ਬੋਸੋਖਾ ਯਾਦ ਕਰਨਾ ਠੀਕ ਹੈ ਐਂਡ ਪ੍ਰੈਜ਼ੀਡੈਂਟ ਹੈ ਜੀ ਆਪਣੇ ਹਸਨ ਰੋਹਾਨੀ ਐਂਡ ਕਰੰਸੀ ਹੈ ਜੀ ਟੋਮਾਨ ਠੀਕ ਹੈ ਜੀ ਸੋ ਆਪਣਿਕੋ ਆਪਣਾ ਨੈਕਸਟ ਕੁਐਸਚਨ ਹੈ ਕਿ ਰੀਸੈਂਟਲੀ ਦਾ ਯੂਐਸ ਸੈਨੇਟ ਸੈਨੇਟ ਕੀ ਹੈ ਜੀ ਦੁਨੀਆ ਦਾ ਸਭ ਤੋਂ ਤਾਕਤਵਰ ਸਦਨ ਠੀਕ ਹੈ ਜੀ ਯੂਐਸ ਤੇ ਜਿਵੇਂ 50 ਸਟੇਟਸ ਹਨ ਠੀਕ ਹੈ ਜੀ 50 ਸਟੇਟਸ ਹਨ ਯੂਐਸ ਯੂਐਸਏ ਦੇ ਅਤੇ ਹਰ ਸਟੇਟ ਵਿੱਚੋਂ ਦੋ ਰਿਪ੍ਰੈਜ਼ੈਂਟੇਟਿਵਸ ਆਉਂਦੇ ਹਨ ਜਿਸ ਕਰਕੇ 100 ਸੈਨੇਟਰਸ ਬਣ ਜਾਂਦੇ ਹਨ 100 ਸੈਨੇਟਰਸ ਹੁੰਦੇ ਹਨ ਜੀ ਯੂ ਐਸ ਏ ਦੇ ਵਿੱਚ 100 ਸੋ ਸੈਂਟਰਸ ਹੁੰਦੇ ਹਨ ਠੀਕ ਹੈ ਜੀ ਸੋ ਸੀਨੇਟ ਨੇ ਵੋਟ ਕੀਤਾ ਹੈ ਕਿ ਕਿਹੜੇ ਇੰਡੀਅਨ ਅਮਰੀਕਨ ਨੂੰ ਐਸ ਸਰਜਨ ਜਨਰਲ ਆਫ ਪ੍ਰੈਜ਼ੀਡੈਂਟ ਜੋ ਬਾਈਡਨ ਸੋ 46ਵੇਂ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਸਰਜਨ ਜਨਰਲ ਦੇ ਤੌਰ ਤੇ ਨਿਯੁਕਤ ਕਰਨ ਲਈ ਕਿਸ ਦੀ VOTING ਕੀਤੀ ਗਈ ਸੋ ਡਾਕਟਰ ਵਿਵੇਕ ਮੂਰਤੀ ਇਹ ਇੰਡੋ ਅਮਰੀਕਨ ਹਨ ਸੋ ਇਹਨਾਂ ਨੂੰ ਬਣਾਇਆ ਜਾਏਗਾ ਜੀ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਸਰਜਨ ਜਨਰਲ बस तू सी ਇੰਨਾ ਹੀ ਇੰਨਾ ਬਾਰੇ ਯਾਦ ਰੱਖਣਾ ਹੈ ਸੋ ਆਪਣੇ ਕੋਲ ਆਪਣਾ ਨੈਕਸਟ ਕੁਸ਼ਚਨ ਹੈ ਕਿ ਮਿਲਟਰੀ ਡਾਇਰੈਕਟ ਇੰਡੈਕਸ ਸੋ ਇੱਕ ਆ ਹੈ ਜੀ ਆਪਣਾ ਮਿਲਟਰੀ ਡਾਇਰੈਕਟ ਇੰਡੈਕਸ ਸੋ ਮਿਲਟਰੀ ਡਾਇਰੈਕਟ ਇੰਡੈਕਸ ਦੇ ਅੰਤਰਗਤ ਕਿਸ ਕੰਟਰੀ ਨੂੰ ਕਿਹਾ ਗਿਆ ਹੈ ਕਿ ਸਭ ਦੀ ਸਭ ਤੋਂ ਪਾਵਰਫੁਲ ਆਰਮੀ ਹੈ ਸੋ ਚਾਈਨਾ ਸਰਪ੍ਰਾਈਜ਼ਿੰਗਲੀ ਚਾਈਨਾ ਦੀ ਸਭ ਤੋਂ ਜ਼ਿਆਦਾ ਤਕੜੀ ਆਰਮੀ ਅੱਜ ਦੇ ਡੇਟ ਵਿੱਚ ਹੈ ਕਿਸ ਦੇ ਅਕੋਰਡਿੰਗ ਮਿਲਟਰੀ ਡਾਇਰੈਕਟ ਇੰਡੈਕਸ ਠੀਕ ਹੈ ਜੀ ਸੋ ਯੂਐਸਏ ਐਸ ਤੇ ਨੰਬਰ 2 ਤੇ ਆਪਨਾ ਇੰਡੀਆ ਹੈ ਜੀ ਨੰਬਰ 4 ਤੇ ਇੱਕ ਹੋਰ ਇੰਡੈਕਸ ਜੋ ਆਂਦਾ ਹੈ ਉਹ ਹੈ ਜੀ ਆਪਨੇ ਕੋਲ ਗਲੋਬਲ ਫਾਇਰ ਪਾਵਰ ਇੰਡੈਕਸ ਗਲੋਬਲ ਫਾਇਰ ਪਾਵਰ ਇੰਡੈਕਸ ਠੀਕ ਹੈ ਜੀ ਸੋ ਇਸ ਦੇ ਅੰਤਰਗਤ ਜੋ ਨੰਬਰ 1 ਹੈ ਜੀ ਉਹ ਹੈ ਜੀ ਯੂਐਸਏ ਐਂਡ ਸੈਕੰਡ ਹੈ ਜੀ ਚਾਈਨਾ ਠੀਕ ਹੈ ਜੀ ਸੋ ਇੰਡੀਆ ਦਾ ਇੱਥੇ ਵੀ 4th ਰੈਂਕ ਹੈ ਇੱਥੇ ਵੀ 4th ਰੈਂਕ ਹੈ ਠੀਕ ਹੈ ਜੀ ਸੋ ਹਮਨੇ ਕੋਲ ਆਪਣਾ ਨੈਕਸਟ ਕੁਸਚਨ ਹੈ ਕਿ ਹੂ ਵਾਸ ਅਵਾਰਡਡ ਦਾ ਸਬ ਵੂਮਨਸ ਐਕਸੀਲੈਂਸ ਅਵਾਰਡ ਸੋ ਸਬ ਸਬ ਦੀ ਕੀ ਫੁੱਲ ਫਾਰਮ ਹੈ ਜੀ ਸਾਇੰਸ ਐਂਡ ਇੰਜੀਨੀਅਰਿੰਗ ਰਿਸਰਚ ਬੋਰਡ ਸਾਇੰਸ ਐਂਡ ਇੰਜੀਨੀਅਰਿੰਗ ਰਿਸਰਚ ਬੋਰਡ ਸੋ ਇਸ ਦੇ ਤਹਿਤ ਕਿਸ ਨੂੰ ਸਨਮਾਨਿਤ ਕੀਤਾ ਗਿਆ ਤਾਂ ਉਹ ਹੈ ਜੀ ਡਾਕਟਰ ਸੋਨੂ ਗਾਂਧੀ ਇਹਨਾਂ ਦੇ ਨਾਲ ਨਾਲ ਤਿੰਨ ਹੋਰ ਵੂਮਨਸ ਨੂੰ ਸਨਮਾਨਿਤ ਕੀਤਾ ਗਿਆ ਕੁੱਲ ਚਾਰ ਵੂਮਨ ਨੂੰ ਵੂਮਨ ਐਕਸੀਲੈਂਸ ਅਵਾਰਡ ਦਿੱਤਾ ਗਿਆ ਹੈ ਕੌਣ-ਕੌਣ ਹਨ ਜੀ ਆਪਣੇ ਡਾਕਟਰ ਸ਼ੋਬਨਾ ਕਪੂਰ ਡਾਕਟਰ ਅੰਤਾਰਾ ਬਨਰਜੀ ਡਾਕਟਰ ਸੋਨੂ ਗਾਂਧੀ ਐਂਡ ਡਾਕਟਰ ਰੀਤੂ ਗੁਪਤਾ ਸੋ ਇਹ ਸਿੰਪਲੀ ਪੁਆਇੰਟ ਤੁਸੀਂ ਯਾਦ ਰੱਖਣਾ ਹੈ ਸੋ ਪੀਐਸਟ ਟੈਟ ਪੇਪਰ 1 ਦਾ ਕੋਰਸ ਚੱਲ ਰਿਹਾ ਹੈ ਜੀ ਜੋ ਕਿ ਤੁਸੀਂ ਅਵੇਲ ਕਰ ਸਕਦੇ ਹੋ ਠੀਕ ਹੈ ਜੀ ਵਿਦ 1 ਇਅਰ ਵੈਲਿਡਿਟੀ ਠੀਕ ਹੈ ਜੀ ਪੇਪਰ 2 ਦਾ ਜੋ ਐਸਐਸ ਐਂਡ ਮੈਥ ਐਂਡ ਸਾਇੰਸ ਦਾ ਵੀ ਕੋਰਸ ਚੱਲ ਰਿਹਾ ਹੈ ਸੋ ਇਹ ਵੀ ਤੁਸੀਂ ਲੈ ਸਕਦੇ ਹੋ ਐਮਓਜ਼ ਵੇਖਣ ਲਈ ਤੁਸੀਂ ਟੈਟ ਬਜ਼ਰ ਐਪਲੀਕੇਸ਼ਨ ਇੰਸਟਾਲ ਕਰਨੀ ਹੈ ਐਂਡ ਫਾਰ ਫਰਦਰ ਇਨਫੋਰਮੇਸ਼ਨ ਯੂ ਕੈਨ ਕਾਲ ਅ ਸੋਨਓਮਰ ਦਿਸ ਸੋ WhatsApp ਗਰੁੱਪ ਦਾ ਹਿਸਾਬ ਬਨਨ ਲਈ ਤੁਸੀਂ ਸਿੰਪਲੀ ਆਪਦਾ ਨੇਮ ਲਿਖਣਾ ਹੈ ਜਿਵੇਂ ਮਾਈ ਨੇਮ ਇਜ਼ ਕਰਨ ਐਂਡ ਦੈਨ ਮਾਈ ਪੇਪਰ ਇਜ਼ ਐਂਟੀਟੀ ਠੀਕ ਹੈ ਜੀ ਅਤੇ ਮੈ ਪੇਜ ਦੇਣਾ ਹੈ ਮੇਰਾ ਸਿਟੀ ਕੀ ਹੈ ਜੀ ਅਬੋਹਰ ਲਿਖ ਕੇ ਆਪਦੇ ਇਸ ਨੰਬਰ ਤੇ ਆਪਨੇ ਇਸ ਨੰਬਰ ਤੇ ਭੇਜ ਦੇਣਾ ਹੈ 97150500 ਤੇ ਠੀਕ ਹੈ ਜੀ ਸੋ ਆਪਣਾ ਆਪਣਾ ਨੈਕਸਟ ਕੁਐਸਚਨ ਹੈ ਜੀ ਇਨ ਵਿੱਚ ਸਟੇਟ देयर विल बी द ਚੀਫ ਮਿਨਿਸਟਰ ਚਿਰੰਜਵੀ ਸਕੀਮ ਯੋਜਨਾ ਸੋ ਮੁੱਖ ਮੰਤਰੀ ਚਿਰੰਜੀਵੀ ਯੋਜਨਾ ਕਿੱਥੇ ਕਿਹੜੀ ਸਟੇਟ ਵਿੱਚ ਲਾਂਚ ਕੀਤੀ ਜਾਏਗੀ ਸੋ ਇਹ ਲਾਂਚ ਕੀਤੀ ਜਾਏਗੀ ਇਹ ਆਪਣੇ ਗਵੰਡੀ ਸਟੇਟ Rajasthan ਵਿੱਚ ਠੀਕ ਹੈ ਜੀ ਸੋ ਪਿੱਛੇ ਵੀ Rajasthan ਕਾਫੀ ਚਰਚਾ ਵਿੱਚ ਰਿਹਾ ਸੋ ਇੱਥੇ ਕੁਝ ਇੰਪੋਰਟੈਂਟ ਪੁਆਇੰਟ Rajasthan ਦੇ ਨਾਲ ਰਿਲੇਟਡ ਆਪਾਂ ਲੈ ਕੇ ਆਏ ਹਾਂ ਜੀ Rajasthan ਦੇ ਗਵਰਨਰ ਦੀ ਗੱਲ ਕਰੀਏ ਤਾਂ ਉਹ ਹਾਂ ਜੀ ਕਲਰਾਜ ਮਿਸ਼ਰ ਠੀਕ ਹੈ ਜੀ ਅਤੇ ਚੀਫ ਮਨਿਸਟਰ ਦੀ ਗੱਲ ਕਰੀਏ ਜੀ ਉਹ ਹੈ ਜੀ ਅਸ਼ੋਕ ਗਹਿਲੋ Indian National Congress Party ਠੀਕ ਹੈ ਜੀ ਅਤੇ ਡਾਂਸ ਦੀ ਗੱਲ ਆ ਜਾਂਦੀ ਹੈ ਤਾਂ ਰਾਜਸਥਾਨ ਦੀ ਉਹ ਹੈ ਜੀ ਘੂਮਰ ਜਿਵੇਂ ਪਦਮਾ ਮਤੀ ਮੂਵੀ ਵਿੱਚ ਹੋਇਆ ਸੀ ਠੀਕ ਹੈ ਜੀ ਅਗਰ ਰੀਟ ਦੇ ਐਗਜ਼ਾਮ ਦੇ ਪੁਆਇੰਟ ਆਫ View ਨਾਲ ਗੱਲ ਕਰੀਏ ਤਾਂ ਉਹ ਹੈ ਜੀ ਆਪਣਾ ਬਰਡ ਕੌਣ ਹੈ ਜੀ ਰਾਜਸਥਾਨ ਦਾ ਉਹ ਹੈ ਜੀ ਗੋਡਾਵਨ ਠੀਕ ਹੈ ਜੀ ਸੋ ਇਸ ਤੋਂ ਬਾਅਦ ਆਪਣਾ ਹੈ ਜੀ ਨੈਕਸਟ ਕੁਐਸਚਨ ਅਰਿੰਦਮ ਬਾਗਚੀ ਸੋ ਇਹ ਆਂ ਜੀ ਅਰਿੰਦਮ ਬਾਗਚੀ ਸੋ ਇਹਨਾਂ ਨੂੰ ਕਿਸ ਦਾ ਸਪੋਕਸ ਪਰਸਨ ਕਿਹੜੀ ਮਿਨਿਸਟਰੀ ਦਾ ਸਪੋਕਸ ਪਰਸਨ ਨਿਯੁਕਤ ਕੀਤਾ ਗਿਆ ਯਾਨੀ ਕਿਸ ਮੰਤਰਾਲੇ ਦਾ ਬੁਲਾਰਾ ਇਹਨਾਂ ਨੂੰ ਬਣਾਇਆ ਗਿਆ ਸੋ ਇਹਨਾਂ ਨੂੰ ਬਣਾਇਆ ਗਿਆ ਜੀ ਫੋਰਨ ਮਿਨਿਸਟਰੀ ਫੋਰਨ ਮਿਨਿਸਟਰੀ ਦਾ ਇਹਨਾਂ ਨੂੰ ਸਪੋਕਸ ਪਰਸਨ ਬਣਾਇਆ ਗਿਆ ਯਾਨੀ ਐਮ ਈ ਏ ਦਾ ਸਪੋਕਸ ਪਰਸਨ ਐਮ ਈ ਏ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਸਪੋਕਸ ਪਰਸਨ ਬਣਾਇਆ ਗਿਆ ਜੀ ਕਿੰਨੂੰ ਅਰਿੰਦਮ ਬਾਗਚਿਨ ਠੀਕ ਹੈ ਜੀ ਅਗਰ ਆਪਾਂ ਐਮ ਈ ਏ ਦੇ ਮਿਨਿਸਟਰ ਦੀ ਗੱਲ ਕਰੀਏ ਤਾਂ ਹਾਂ ਜੀ ਆਪਣੇ ਐਸ ਜੈ ਸ਼ੰਕਰ ਐਸ ਜੈ ਸ਼ੰਕਰ ਠੀਕ ਹੈ ਜੀ सो आई एस एस एफ वर्ल्ड कप जिस बारे आप पढ़िया इंडिया ने ती तमगे जितते हैं सब तो टॉप का रैंक हासिल किया है सो so इतने दसना है कि अपनी जो इंडिया शान है जी यशिनी देसवाल यश्विनी देसवाल ने कि पदक हासिल किया है सो so यशनी देसवाल ने कि तमगा हासिल किया जी और हासिल किया है जी, जी गोल्ड ठीक है जी सो so ये जी यशस्विनी देसवाल सो so अपने को अपना नैक्सट क्वेश्चन है कि अकॉर्डिंग टू आ रीसेंट रिपोर्ट ਵਿਚ ਇਜ਼ ਵਨ ਆਫ ਵਿਚ ਇਜ਼ ਦਾ ਓਨਲੀ ਏਸ਼ੀਅਨ ਕਰੰਸੀ ਸਟਰੈਂਥਰ ਸੋ ਇਹਨਾਂ ਵਿੱਚ ਦੱਸਣਾ ਹੈ ਕਿ ਕਿਹੜੀ ਏਸ਼ੀਅਨ ਕਰੰਸੀ ਜੋ ਕਿ ਮਜ਼ਬੂਤ ਹੋਈ ਹੈ ਸੋ ਦੇਖਿਆ ਗਿਆ ਹੈ ਕਿ ਮਾਰਚ ਦੇ ਵਿੱਚ ਮਾਰਚ ਦੇ ਵਿੱਚ ਆਪਣਾ ਜੋ ਰੁਪਇਆ ਹੈ ਇੰਡੀਅਨ ਰੁਪਇਆ ਇੰਡੀਅਨ ਰੁਪੀ ਏਸ਼ੀਆਜ਼ ਬੈਸਟ ਪਰਫਾਰਮਿੰਗ ਕਰੰਸੀ ਇਨ ਮਾਰਚ ਸੋ ਮਾਰਚ ਦੇ ਵਿੱਚ ਆਪਣਾ ਜੋ ਇੰਡੀਅਨ ਰੁਪਇਆ ਹੈ ਇਸ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਹੈ ਤੇ ਬਾਜ਼ਾਰ ਦੇ ਹਿਸਾਬ ਨਾਲ ਇਸ ਦੀ ਮਜ਼ਬੂਤੀ ਵਿੱਚ ਰਿਕਾਰਡ ਦਰਜ ਕੀਤਾ ਗਿਆ ਹੈ ਸੋ ਆਪਣਾ ਕੋਲ ਆਪਣਾ ਨੈਕਸਟ ਕੁਐਸਚਨ ਹੈ ਕਿ ਦ ਵਰਲਡਸ ਫਰਸਟ ਸ਼ਿਪ ਟਨਲ ਸੋ ਜਹਾਜ਼ਾਂ ਲਈ ਪਹਿਲੀ ਸੁਰੰਗ ਬਣਾਈ ਜਾਏਗੀ ਦੁਨੀਆ ਦੀ ਪਹਿਲੀ ਸੁਰੰਗ ਬਣਾਈ ਜਾਏਗੀ ਜੋ ਕਿ ਜੋਹਾਜਾਮ ਦੀ ਬਣਾਈ ਜਾਏਗੀ ਠੀਕ ਹੈ ਜੀ ਸੋ ਇਹ ਬਣਾਈ ਜਾਏਗੀ ਨਾਰਵੇ ਦੁਆਰਾ ਨਾਰਵੇ ਦੀ ਰਾਜਧਾਨੀ ਹੈ ਜੀ ਉਸਲੋ ਜਿੱਥੇ ਦਿੱਤਾ ਜਾਂਦਾ ਹੈ ਜੀ ਨੋਬਲ ਪੀਸ ਪ੍ਰਾਈਜ਼ ਠੀਕ ਹੈ ਜੀ ਸੋ ਅਵਰ ਨੈਕਸਟ ਕੁਐਸਚਨ ਇਜ਼ ਰੀਸੈਂਟਲੀ ਨਾਸਾ ਸਕ੍ਰਿਓਸਟੀ ਰੋਵਰ ਸੈਂਟ ਵੀਡੀਓ ਫੁਟੇਜ ਠੀਕ ਹੈ ਜੀ ਨਾਸਾ ਦਾ ਜੋ ਕ੍ਰਿਓਸਟੀ ਰੋਵਰ ਸੀਗਾ ਕ੍ਰਿਓਸਟੀ ਰੋਵਰ ਜੋ ਨਾਸਾ ਨੇ ਕਿੱਥੇ ਭੇਜਿਆ ਸੀ ਜੀ ਮਾਰਸ ਤੇ ਠੀਕ ਹੈ ਜੀ ਸੋ ਮਾਰਸ ਤੇ ਕ੍ਰਿਓਸਟੀ ਰੋਵਰ ਭੇਜਿਆ ਸੀ ਜੋ ਕਿ ਲਾਂਚ ਹੋਇਆ ਸੀ ਉੱਤੇ 6 ਅਗਸਤ 2012 ਨੂੰ ਸੋ ਕ੍ਰਿਓਸਟੀ ਰੋਵਰ ਲਾਂਚ ਹੋਇਆ ਸੀ ਠੀਕ ਹੈ ਸੋ ਇਸ ਨੇ ਵੀਡੀਓ ਭੇਜੀ ਸੀ ਕਾਦੀ ਕਿ ਕਲਾਊਡਸ ਪਾਸਿੰਗ ਓਵਰ ਪਲੈਨਟ ਸੋ ਜਿਸ ਪਲੈਨਟ ਤੇ ਮਾਸ ਤੇ ਗਿਆ ਸੀ ਸੋ ਮਾਸ ਤੇ ਇਸਨੇ ਵੀਡੀਓ ਪੇ ਜਿਸੀ ਕੀ ਉੱਥੇ ਐਟਮੋਸਫੇਅਰ ਵਿੱਚ ਕਲਾਊਡਸ ਪਾਸ ਕਰ ਰਹੇ ਹਾਂ ਸੋ ਇਹ ਆਪਣੇ ਕੋਲ ਕੁਐਸਚਨ ਦਾ ਆਨਸਰ ਹੈ ਜੀ ਮਾਸ ਠੀਕ ਹੈ ਕ੍ਰੋਸਟੀ ਰੋਵਰ ਕਿੱਥੇ ਭੇਜਿਆ ਗਿਆ ਜੀ ਮਾਸ ਸੋ ਆਪਣੇ ਕੋਲ ਆਪਣਾ 54th ਕੁਐਸਚਨ ਹੈ ਕਿ ਰੀਸੈਂਟਲੀ ਕਿਸ ਨੂੰ ਰੇਂਜਰ ਅਵਾਰਡ ਦਿੱਤਾ ਗਿਆ ਅੰਤਰਰਾਸ਼ਟਰੀ ਰੇਂਜਰ ਅਵਾਰਡ ਕਿਸ ਨੂੰ ਦਿੱਤਾ ਗਿਆ ਸੋ IUCN ਅਤੇ WCPA ملک کے اے अवार्ड دیندے ਹਨ IUCN ਦਾ ਕੀ ਅਰਥ ਹੈ ਜੀ انٹرنیشنل ਯੂਨੀਅਨ ਫॉर ਕਨਜ਼ਰਵੇਸ਼ਨ ਆਫ ਨੇਚਰ ਐਂਡ ਨੈਚੁਰਲ रिसोर्सेज ਯਾਨੀ ਕਿ IUCN ਜੋ ਕਿ ਜੋ ਕਿ ਰੈਡ ਡਾਟਾ ਬੁੱਕ ਵੀ ਲਾਂਚ ਕਰਦੀ ਹੈ ਜਿਸ ਵਿੱਚ ਇਨ ਡੇਂਜਰਡ ਸਪੀਸੀਸ ਅਤੇ ਵਲਨਰੇਬਲ ਸਪੀਸੀਸ ਬਾਰੇ ਗੱਲ ਹੁੰਦੀ ਹੈ ਠੀਕ ਹੈ ਜੀ ਸੋ ਐਂਡ ਆਪਣੇ ਕੋਲ ਦੂਜੀ ਕਿਹੜੀ ਸੰਸਥਾ ਹੈ ورلڈ ਕਮਿਸ਼ਨ ਔਨ ਪ੍ਰੋਟेक्टेड ਏਰੀਆਸ ਠੀਕ ਹੈ WCPA ਸੋ ਇਸ ਦੇ ਤਹਿਤ ਜੋ ਇੰਟਰਨੈਸ਼ਨਲ ਰੇਂਜਰ ਅਵਾਰਡ ਮਿਲਿਆ ਜੀ ਉਹ ਮਿਲਿਆ ਹੈ ਜੀ ਮਹਿੰਦਰ ਗਿਰੀ ਜੀ ਨੂੰ ਮਹਿੰਦਰ ਗਿਰੀ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਤਸਵੀਰ ਠੀਕ ਹੈ ਜੀ ਸੋ ਆਪਣੇ ਕੋਲ ਆਪਣਾ ਨੈਕਸਟ ਕੁਐਸਚਨ ਹੈ ਕਿ ਹਾਲ ਹੀ ਦੇ ਵਿੱਚ ਡੀਡੀ ਫ੍ਰੀ ਡਿਸ਼ ਨੇ ਕਿੰਨੇ ਮਿਲੀਅਨ ਸਬਸਕ੍ਰਾਈਬਰ ਪਾਰ ਕਰ ਲਏ ਹਨ ਸੋ ਡੀਡੀ ਫ੍ਰੀ ਡਿਸ਼ ਦੇ ਹਾਲ ਹੀ ਦੇ ਵਿੱਚ 40 ਮਿਲੀਅਨ ਸਬਸਕ੍ਰਾਈਬਰ ਹੋ ਚੁੱਕੇ ਹਨ ਯਾਨੀ ਕਿ 40 ਮਿਲੀਅਨ ਲੋਗ ਡੀਡੀ ਫ੍ਰੀ ਡਿਸ਼ ਨੂੰ ਦੇਖਦੇ ਹਨ ਸੋ ਆਪਣੇ ਕੋਲ ਆਪਣਾ ਨੈਕਸਟ ਕੁਐਸਚਨ ਹੈ ਕਿ ਦੀਵੰਤੋ ਜੀ ਰੀਸੈਂਟਲੀ ਖਬਰਾਂ ਵਿੱਚ ਸੁਣਿਆ ਹੋਵੇਗਾ ਕਿ ਆਪਣੇ ਪ੍ਰਧਾਨ ਮੰਤਰੀ ਮੋਦੀ ਕਿਹੜੇ ਦੇਸ਼ ਦੀ ਯਾਤਰਾ ਤੇ ਗਏ ਹਨ ਤਾਂ 15 ਮਹੀਨਿਆਂ ਬਾਅਦ ਆਪਣੇ ਪ੍ਰਧਾਨ ਮੰਤਰੀ ਮੋਦੀ ਜੀ ਗਏ ਹਨ ਜੀ ਬੰਗਲਾਦੇਸ਼ ਦੀ ਯਾਤਰਾ ਤੇ ਸੋ ਬੰਗਲਾਦੇਸ਼ ਨਾਲ ਆਪਾਂ ਸਾਈਨ ਕੀਤੇ ਹਨ ਜੀ ਪੰਜ ਮੈਂਬਰ ਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਕੀਤੇ ਹਨ ਜੀ ਆਪਾਂ ਬੰਗਲਾਦੇਸ਼ ਦੇ ਨਾਲ ਠੀਕ ਹੈ ਜੀ ਸੋ ਆਪਣੇ ਕੋਲ ਆਪਣਾ ਨੈਕਸਟ ਕੁਸ਼ਚਨ ਹੈ ਕਿ ਔਨ 30th ਮਾਰਚ 2021 ਸੋ 30 ਮਾਰਚ 2021 ਨੂੰ ਐਜੂਕੇਸ਼ਨ ਮਿਨਿਸਟਰ ਜੋ ਆਪਣੇ ਹਨ ਜੀ ਰਮੇਸ਼ ਪੋਖਰੀਆਲ ਏ ਕੀ ਕਰਨਗੇ ਜੀ ਉਦਘਾਟਨ ਕਰਨਗੇ ਕਿਹੜੇ ਸੈਂਟਰ ਦਾ ਸੋ ਆਪਾਂ ਦੱਸਣਾ ਕਿਹੜੇ ਸੈਂਟਰ ਦਾ ਉਦਘਾਟਨ ਕਰਨਗੇ ਸੋ ਇਹ ਕਰਨਗੇ ਜੀ ਸੈਂਟਰ ਆਫ ਹੈਪੀਨੈਸ ਦਾ ਉਦਘਾਟਨ ਕਿੱਥੇ ਕਰਨਗੇ ਜੀ ਆਈਆਈਐਮ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਜੰਮੂ ਵਿੱਚ ਠੀਕ ਹੈ ਜੀ ਸੋ ਇਹ ਜੋ ਸੈਂਟਰ ਆਫ ਹੈਪੀਨੈਸ ਹੋਏਗਾ ਇਹ ਕੀ ਕਰੇਗਾ ਜੀ ਹੈਲਪ ਇਟ ਇਟ ਵਿਲ ਹੈਲਪ ਇਨ ਰਿਡਿਊਸਿੰਗ ਦਾ ਮੈਂਟਲ ਪ੍ਰੈਸ਼ਰ ਆਫ ਸਟੂਡੈਂਟਸ ਸੋ ਬੱਚਿਆਂ ਤੇ ਜੋ ਮਾਨਸਿਕ ਤਣਾਅ ਹੈ ਉਸ ਨੂੰ ਘਟਾਏਗਾ ਜੀ ਇਹ ਆਪਣਾ ਸੈਂਟਰ ਆਫ ਹੈਪੀਨੈਸ ਠੀਕ ਹੈ ਜੀ ਸੋ ਇੱਥੇ ਆਪਣਾ ਨੈਕਸਟ ਕੁਐਸਚਨ ਹੈ ਜੀ ਐਕਸਟਰਨਲ ਅਫੇਅਰਸ ਮਿਨਿਸਟਰ ਜੋ ਆਪਾਂ ਗੱਲ ਕੀਤੀ ਸੀ ਡਾਕਟਰ ਐਸ ਜੈ ਸ਼ੰਕਰ ਸੋ ਐਸ ਜੈ ਸ਼ੰਕਰ ਦੋ ਦਿਵਸ ਸੀ ਕਿਹੜੇ ਦੇਸ਼ ਦੇ ਦੌਰੇ ਤੇ ਜਾ ਰਹੇ ਹਨ 30 ਮਾਰਚ ਨੂੰ ਸੋ ਐਸ ਜੈ ਸ਼ੰਕਰ ਜੋ ਆਪਣੇ ਫੋਰਨ ਮਿਨਿਸਟਰ ਹਨ ਇਹ ਜਾ ਰਹੇ ਹਨ 30 ਮਾਰਚ ਨੂੰ ਤਾਂ ਤਜਿਕਿਸਤਾਨ ਦੇ ਦੌਰੇ ਤੇ ਠੀਕ ਹੈ ਜੀ ਤਾਂ ਤਜਿਕਿਸਤਾਨ ਦੇ ਦੌਰੇ ਤੇ ਠੀਕ ਹੈ ਜੀ ਅਗਰ ਜੇ ਆਪਾਂ ਤਜਿਕਿਸਤਾਨ ਦੀ ਕੈਪੀਟਲ ਐਂਡ ਲਾਰਜੇਸਟ ਸਿਟੀ ਦੀ ਗੱਲ ਕਰੀਏ ਤਾਂ ਉਹ ਹੈ ਜੀ ਦੁਸ਼ਾਂਬੇ ਦੁਸ਼ਾਂਬੇ ਠੀਕ ਹੈ ਜੀ अगर दुशांबे बरे एक क्वेश्चन आएगा कि हार्ट ऑफ एशिया समिट किथे ਹੋਣ ਜਾ ਰਿਹਾ ਹੈ ਸੋ ਹਾਰਟ ਆਫ এਸ਼ੀਆ ਸਮਿਟ ਹੋਣ ਜਾ ਰਿਹਾ ਹੈ ਜੀ ਦੁਸ਼ਾਂਬੇ ਵਿੱਚ ਕੁਝ ਕੁ ਮਹੀਨਿਆਂ ਵਿੱਚ ਠੀਕ ਹੈ ਜੀ ਸੋ ਇੰਡੀਆ ਐਂਡ ਪਾਕਿਸਤਾਨ ਦੋਵੇਂ ਇੱਥੇ ਪਾਰਟ ਲੈਣਗੇ ਐਂਡ ਤਜਿਕਿਸਤਾਨ ਦੀ ਜੇ ਆਫੀਸ਼ੀਅਲ ਲੈਂਗੁਏਜ ਦੀ ਗੱਲ ਕਰੀਏ ਤਾਂ ਹੈ ਜੀ ਆਪਣੇ ਕੋਲ ਤਜਿੱਕੀ ਸੋ ਨੈਕਸਟ ਕੁਐਸਚਨ ਇਜ਼ ਹਾਊ ਲੌਂਗ ਵਿਲ ਦਾ ਗਲੋਬਲ ਕਲਾਈਮੇਟ ਕਾਨਫਰੰਸ ਵਿਲ ਬੀ ਪਲੈਨਡ ਸੋ ਗਲੋਬਲ ਕਲਾਈਮੇਟ ਯਾਨੀ ਕਿ ਗਲੋਬਲ ਜਲਵਾਯੂ ਕਾਨਫਰੰਸ ਇਹ ਬਲੈਨ ਕੀਤੀ ਜਾ ਰਹੀ ਹੈ ਜੀ 22 ਤੋਂ 23 April ਜੋ ਕਿ ਹੋਏਗੀ ਜੀ ਵਰਚੁਅਲ ਠੀਕ ਹੈ ਜੀ ਵਰਚੁਅਲ ਮੀਟਿੰਗ ਹੋਏਗੀ ਸੋ ਪ੍ਰੈਜ਼ੀਡੈਂਟ ਜੋ ਬਾਈਡਨ ਜੋ ਕਿ 46ਵੇਂ ਪ੍ਰੈਜ਼ੀਡੈਂਟ ਹਨ ਆਪਣੇ ਅਮਰੀਕਾ ਦੇ ਇਸ ਨੇ ਇਹਨਾਂ ਨੇ 40 ਵਰਲਡ ਲੀਡਰ ਨੂੰ ਇਸ ਬੈਠਕ ਲਈ ਸੱਦਾ ਦਿੱਤਾ ਹੈ ਇਸ ਦੇ ਤਹਿਤ ਕੀ ਕੀਤਾ ਜਾਏਗਾ ਜੋ ਕਿ ਪੈरिस ਕਲਾਈਮੇਟ ਇੰਡੈਕਸ ਹੈ ਪੈरिस ਕਲਾਈਮੇਟ ਇੰਡੈਕਸ ਦੇ ਅਨਸਾਰ ਕੀ ਆਪਾਂ 1.5 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਗਲੋਬਲ ਜੋ ਆਪਣਾ ਐਟਮੋਸਫੇਅਰ ਹੈ ਇਸ ਦੇ ਤਾਪਮਨ ਨੂੰ ਵਧਨ ਨਹੀਂ ਦੇਣਾ ਪਰ ਜੋ ਕੰਟਰੀਜ਼ ਹੈ ਉਹ ਕਿ ਲੈਕ ਕਰ ਰਹੀਆਂ ਹਨ ਅਤੇ ਆਪਣੇ ਵਾਅਦੇ ਤੋਂ ਮੁਕਰ ਰਹੀਆਂ ਹਨ ਜਦਕਿ ਜੋ ਟੈਂਪਰੇਚਰ ਹੈ ਉਹ ਕਿ ਬਹੁਤ ਰਫਤਾਰ ਨਾਲ ਵਧ ਰਿਹਾ ਹੈ ਸੋ ਇਸ ਬਾਰੇ ਚਰਚਾ ਕਰਨ ਲਈ ਇਹ ਸੱਦੀ ਗਈ ਹੈ ਜਿਉਂ ਜਲਵਾਯੂ ਕਾਨਫਰੰਸ ਜੋ ਕਿ ਹੋਏਗੀ ਜੀ 22 ਤੋਂ 23 ਅਪ੍ਰੈਲ ਤੱਕ ਜੋ ਕਿ ਵਰਚੂਲੀ ਹੋਏਗੀ ਠੀਕ ਹੈ ਜੀ ਸੋ ਐਂਟੀਟੀ ਤਰਸੀ 97 ਵਰਤੀ ਲਈ 10 ਸਬਜੈਕਟਾਂ ਦਾ ਫੁੱਲ ਕੋਰਸ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਅਗਰ ਤੁਸੀਂ ਫੁੱਲ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਛੋਟਾ ਕੋਰਸ ਵੀ ਲੈ ਸਕਦੇ ਹੋ ਜਿਸ ਵਿੱਚ 60 ਮੇਨ ਸਬਜੈਕਟਾਂ ਦੀ ਤਿਆਰੀ ਕਰਾਈ ਜਾ ਰਹੀ ਹੈ ਜਿਕੇ ਸੀਡੀਪੀ ਕਰਿਕੂਲਮ ਪੋਲਿਸੀਜ਼ ਐਂਡ ਪ੍ਰੋਗਰਾਮਸ ਠੀਕ ਹੈ ਜੀ ਸੋ ਤੁਸੀਂ ਡੈਮੋਜ਼ ਵੇਖਣ ਲਈ ਟੈਟ ਬਜ਼ਾਰ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਲੈਣਾ ਹੈ ਅਤੇ 97150 500 ਤੇ ਕਾਲ ਕਰਕੇ ਤੁਸੀਂ ਫਦਰ ਇਨਫੋਰਮੇਸ਼ਨ ਲੈ ਲੈਣੀ ਹੈ ਠੀਕ ਹੈ ਜੀ ਸੋ ਫॉर ਮੋਰ ਇਨਫੋਰਮੇਸ਼ਨ ਯੂ ਕੈਨ ਜੁਆਇਨ आवर ਟੈਲੀਗ੍ਰਾਮ ਚੈਨਲ ਯੂ ਕੈਨ ਲਾਈਕ us on facebook ਐਂਡ ਯੂ ਕੈਨ ਫੋਲੋ us on instagram ਠੀਕ ਹੈ ਜੀ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅਤੇ ਵੀਡੀਓ ਕਿਵੇਂ ਲੱਗੀ ਤੁਸੀਂ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਹੈ ਜੀ ਠੀਕ ਹੈ ਜੀ ਸੋ ਨੈਕਸਟ ਜੋ ਆਪਾਂ April ਦਾ ਹੋਏਗਾ ਆਪਾਂ ਉਹ ਆਪਾਂ 5 ਡੇਜ਼ ਦੇ ਲਿਹਾਜ਼ ਵਿੱਚ ਕਰਾਂਗੇ ਯਾਨੀ 1 ਤੋਂ 5 April ਦੀ ਆਪਾਂ ਇੱਕ ਸੈਪਰੇਟ ਵੀਡੀਓ ਆਪਾਂ ਮਤਲਬ ਜਲਦੀ ਜਲਦੀ ਲੈ ਕੇ ਆਵਾਂਗੇ ਠੀਕ ਹੈ ਜੀ ਸੋ ਥੈਂਕ ਯੂ ਫॉर ਲਿਸਨਿੰਗ ਗੋਡ ਬles you ਆਲ